अनुशासन च रह के प्रोग्राम किया, प्रशासन का भी पूरा सहयोग रहा, सब कुछ पूरे वधिया तरीके नाल चल रहा सी। उदों बाद च संयुक्त मोर्चे की कॉल सी कि 26 तरीक नूं अपने अपने सूबिआं दे गवर्नरां नूं असीं मंग पत्र देने ने किसानां ने कि साडी जिहड़ी मंग है तुसीं सेंटर गौरमेंट कोल जाके रखो, बड़ा कुछ साडे नाल हो चुके आ, बड़ा कुछ इस कुर्बानी है संघर्ष च असीं दे चुके आ। गौरमेंट है जिहड़ी साडे नाल या तां गल्लबात दा राह खोले या इन्हां तिंन काले कानूनां नूं रद्द करे। ਉਹਦੇ ਸੰਬੰਧ 'ਚ ਜਿਹੜੀ 26 ਤਰੀਕ ਨੂੰ ਗਵਰਨਰ ਹਾਊਸ ਦਾ ਸੀ ਘਰਾ ਕਰਨਾ ਸੀ ਪ੍ਰੋਗਰਾਮ, ਇੱਥੇ ਮੋਹਾਲੀ ਵਿਖੇ ਰੱਖਿਆ ਹੋਇਆ ਸੀਗਾ ਸਿੰਘ ਸਭਾ ਅੰਬ ਸਾਹਿਬ ਗੁਰਦੁਆਰੇ ਦੇ ਕੋਲ, ਅੰਬ ਸਾਹਿਬ ਗੁਰਦੁਆਰੇ ਦੇ ਕੋਲੇ ਪ੍ਰੋਗਰਾਮ ਰੱਖਿਆ ਹੋਇਆ ਸੀਗਾ। ਤੇ ਜਿੱਥੇ ਮੇਰੇ ਨਾਲ ਸੰਯੁਕਤ ਮੋਰਚੇ ਦੇ ਹੋਰ ਵੀ ਉੱਚ ਅਧਿਕਾਰੀ ਆਗੂ ਜਿਹੜੇ ਸਾਡੇ ਜਥੇਦਾਰ ਨੇ, ਉਹਨਾਂ ਨੇ ਜਿਵੇਂ ਰਾਜੇਵਾਲ ਸਾਹਿਬ, ਰਣਜੀਤ ਕਾਦੀਆਂ, ਹੋਰ ਵੀ ਬੜੇ ਚਿਹਰੇ ਨੇ ਜਿਹੜੇ ਕਿਸਾਨੀ ਦੇ ਸੰਘਰਸ਼ ਨਾਲ ਚੱਲੇ ਹੋਏ ਆ, ਉਹਨਾਂ ਨੇ ਆਉਣਾ ਸੀ। ਤਾਂ ਮੈਂ ਜਦੋਂ ਇਹ ਮੌਕੇ ਤੇ ਘਰੋਂ ਨਿਕਲਿਆ, ਮੈਂ ਆਪਦੇ ਹਲੇ ਸੈਕਟਰ ਦੇ ਵਿੱਚ ਹੀ ਸੀਗਾ ਇੱਥੇ 91 ਦੇ, ਤਾਂ ਮੈਨੂੰ ਮਾਣਯੋਗ ਪ੍ਰਸ਼ਾਸਨ ਮੋਹਾਲੀ ਤੋਂ ਉੱਚ ਅਧਿਕਾਰੀਆਂ ਦਾ ਫੋਨ ਆਇਆ ਕਿ ਤੁਸੀਂ ਇੱਥੇ ਅੰਬ ਸਾਹਿਬ ਗੁਰਦੁਆਰੇ ਆਉਣ ਤੋਂ ਗਰੇਜ਼ ਕਰੋ, ਸਾਡੇ ਕੋਲ ਇੰਟੈਲੀਜੈਂਸ ਦੀ ਰਿਪੋਰਟ ਹੈ, ਲਾਅ ਐਂਡ ਆਰਡਰ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ ਤਾਂ ਤੁਸੀਂ ਇੱਥੇ ਨਾ ਆਓ। ਮੈਂ ਉਹਨਾਂ ਨੂੰ ਕਿਹਾ ਕਿ ਜੀ ਮੈਨੂੰ ਤਾਂ ਸੰਯੁਕਤ ਮੋਰਚੇ ਦੇ ਜਿਹੜੇ ਸਾਡੇ ਭਰਾ ਉੱਥੇ ਬੈਠੇ ਉਹ ਲਗਾਤਾਰ ਫੋਨ ਕਰ ਰਹੇ ਆ ਕਿ ਤੁਸੀਂ ਭਾਈ ਕਿੱਥੇ ਰਹਿ ਗਏ, ਤੁਸੀਂ ਲੇਟ ਹੋ ਗਏ, ਤੁਸੀਂ ਆਓ ਇੱਥੇ। ਉਹ ਕਹਿੰਦੇ ਸਾਡੀ ਉਹਨਾਂ ਨਾਲ ਗੱਲਬਾਤ ਹੋ ਚੁੱਕੀ ਹੈ, ਤੁਸੀਂ ਇੱਥੇ ਆਉਣ ਤੋਂ ਗਰੇਜ਼ ਕਰੋ। ਤਾਂ ਪ੍ਰਸ਼ਾਸਨ ਹੈ ਉਹਦੀ ਗੱਲ ਮੰਨਣਾ ਸਾਡਾ ਫਰਜ਼ ਹੈ, ਕਿਉਂਕਿ ਪਹਿਲਾਂ ਵੀ ਅਸੀਂ ਬੜੇ ਪ੍ਰੋਗਰਾਮ ਕੀਤੇ ਆ, ਇਸੇ ਸ਼ਹਿਰ ਦੇ ਵਿੱਚ ਕੀਤੇ ਆ, ਪੂਰੇ ਪੰਜਾਬ ਦੇ ਵਿੱਚ ਕੀਤੇ ਆ, ਕਦੇ ਵੀ ਪ੍ਰਸ਼ਾਸਨ ਨੇ ਕੋਈ ਇੱਦਾਂ ਫੋਨ ਕਰਕੇ ਨਹੀਂ ਰੋਕਿਆ ਗਿਆ। ਤਾਂ ਮੈਨੂੰ ਲੱਗਿਆ ਕਿ ਜੇ ਕੋਈ ਨਾ ਕੋਈ ਗੱਲ ਹੋ ਗਈ ਸਾਡੇ ਲਈ ਉਹ ਫਿਕਰਮੰਦ ਨੇ। ਮੈਂ ਉਹਨਾਂ ਦੀ ਗੱਲ ਮੰਨਦਾ ਹੋਇਆ ਮੈਂ ਕਿਹਾ ਠੀਕ ਆ ਸਰ ਮੈਂ ਨਹੀਂ ਆਊਂਗਾ ਜੀ, ਪਰ ਮੈਂ ਉਹਨਾਂ ਨੂੰ ਪੁੱਛਿਆ ਕਿ ਮੈਂ ਕਿਸੇ ਹੋਰ ਪਾਸੇ ਜਾ ਕੇ ਆਪਣੀ ਗੱਲ ਰੱਖ ਸਕਦਾ, ਕਿਉਂਕਿ ਕਿਸਾਨੀ ਅੱਜ ਇਕੱਲੀਆਂ ਹੱਦਾਂ ਤੱਕ ਨਹੀਂ ਰਹਿ ਗਈ ਕਿ ਪੰਜਾਬ ਦਾ ਸੰਘਰਸ਼ ਹੈ, ਹਰਿਆਣੇ ਦਾ, ਅੱਜ ਪੂਰੇ ਭਾਰਤ ਦੇ ਕਿਸਾਨਾਂ ਦਾ ਸੰਘਰਸ਼ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਹਰਿਆਣੇ ਤੋਂ ਜਾ ਕੇ ਮੈਂ ਸੰਘਰਸ਼ ਕਰ ਗੱਲ ਆਪਦੀ ਰੱਖ ਸਕਦਾ, ਅਸੀਂ ਜਾ ਸਕਦੇ ਹਾਂ ਪ੍ਰੋਟੈਸਟ ਦੇ ਵਿੱਚ? ਉਹ ਕਹਿੰਦੇ ਤੁਸੀਂ ਬਿਲਕੁਲ ਜਾ ਸਕਦੇ ਹੋ। ਤਾਂ ਨਾਢਾ ਸਾਹਿਬ ਤੋਂ ਚੁੜੂਮੀ ਸਾਹਿਬ ਦੀ ਜਥੇਬੰਦੀ ਜਿਹੜੀ ਮੰਗ ਪੱਤਰ ਦੇਣ ਪ੍ਰਸ਼ਾਸਨ ਨੂੰ ਆ ਰਹੀ ਸੀ, ਗਵਰਨਰ ਸਾਹਿਬ ਨੂੰ ਆ ਰਹੀ ਸੀ, ਇੱਥੋਂ ਮੈਂ ਬਾਇਆ ਜਿਰਪੁਰ ਹੁੰਦੇ ਹੋਏ ਸੁਹਾਣਾ ਸਾਹਿਬ ਦੇ ਮੂਹਰੇ ਲੰਘ ਕੇ ਮੈਂ ਉੱਥੇ ਗਿਆ। ਬਹੁਤੇ ਵੀਰ ਮੀਡੀਆ ਵਾਲਿਆਂ ਨੇ ਉੱਥੇ ਮੈਨੂੰ ਕਵਰ ਵੀ ਕੀਤਾ ਜਦੋਂ ਮੈਂ ਪਹੁੰਚਿਆ। ਬਿਲਕੁਲ ਬੈਰੀਗੇਡ, ਜਿਹੜਾ ਲਾਸਟ ਬੈਰੀਗੇਡ ਸੀ ਸੰਯੁਕਤ ਮੋਰਚੇ ਦਾ, ਇਹ ਪ੍ਰੋਗਰਾਮ ਸੀ ਕਿ ਲਾਸਟ ਬੈਰੀਗੇਡ ਤੇ ਜਾ ਕੇ ਅਸੀਂ ਬਹਿ ਜਾਾਂਗੇ ਤੇ ਉੱਥੋਂ ਅੱਗੇ ਪੰਜ ਬੰਦੇ ਗਵਰਨਰ ਸਾਹਿਬ ਨੂੰ ਮੰਗ ਪੱਤਰ ਦੇਣ ਜਾਣਗੇ। ਤਾਂ ਉਸੇ ਦੇ ਅਕੋਰਡਿੰਗ ਮੈਂ ਚੜੂਨੀ ਸਾਹਿਬ ਸਾਡੇ ਨਾਲ ਸਾਡੀ ਇੰਡਸਟਰੀ ਦੀ ਸੋਨੀਆ ਮਾਨ ਕਿਉਂਕਿ ਉਹ ਵੀ ਮੇਰੇ ਨਾਲ ਸੀ, ਬਹੁਤੇ ਪੱਤਰਕਾਰ ਵੀਰਾਂ ਨੇ ਮੇਰਾ ਉੱਥੇ ਇੰਟਰਵਿਊ ਵੀ ਕੀਤਾ ਕਿ ਤੁਸੀਂ ਕਿਵੇਂ ਦੇਖਦੇ ਹੋ ਸੰਘਰਸ਼ ਨੂੰ, ਬਹੁਤ ਵੀਰ ਸੀਗੇ ਉੱਥੇ। ਤਾਂ ਅਸੀਂ ਉੱਥੇ ਗਏ, ਆਪਦੀ ਗੱਲ ਰੱਖੀ, ਜੋਗਿੰਦਰ ਯਾਦਵ ਜੀ ਹੋਰ ਬੜੇ ਸੀਨੀਅਰ ਅਧਿਕਾਰੀ ਸੀਗੇ, ਆਗੂ ਸੀ ਸਾਡੇ, ਅਸੀਂ ਆਪਦੀ ਗੱਲ ਰੱਖੀ ਚੜੂਨੀ ਸਾਹਿਬ ਦੇ ਨਾਲ। ਮੈਂ ਉਹ ਸਾਰਾ ਜਿਹੜਾ ਕੱਲ ਦਾ ਵਿਚਾਰ ਚਰਚਾ ਜੋ ਵੀ ਸੰਘਰਸ਼ ਦੇ ਵਿੱਚ ਹੋਇਆ ਮੈਂ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਵੀ ਪੋਸਟ ਕੀਤਾ, ਕਿਉਂਕਿ ਜਦੋਂ ਅਸੀਂ ਮੋਹਾਲੀ ਅੰਬ ਸਾਹਿਬ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ ਤਾਂ ਮੈਨੂੰ ਉੱਥੋਂ ਫੋਨ ਬਹੁਤ ਆ ਰਹੇ ਸੀ ਕਿ ਬਾਈ ਜੀ ਤੁਸੀਂ ਕਿਉਂ ਨਹੀਂ ਆਏ। ਤਾਂ ਮੈਂ ਆਪਣੇ ਸੋਸ਼ਲ ਮੀਡੀਆ ਤੇ ਲਿਖ ਕੇ ਸਾਰਾ ਕੁਝ ਦੱਸਿਆ ਕਿ ਇਹ ਕਾਰਨ ਬਣੇ, ਇਹਨਾਂ ਕਾਰਨਾਂ ਕਰਕੇ ਮੈਂ ਮੋਹਾਲੀ ਅੰਬ ਸਾਹਿਬ ਨਹੀਂ ਆਇਆ ਤੇ ਮੈਂ ਹਰਿਆਣੇ ਚਲਾ ਗਿਆ। ਹਰਿਆਣੇ ਜਦੋਂ ਗਿਆ ਚੁਗਨੀ ਸਾਹਿਬ ਦੇ ਨਾਲ, ਮੈਂ ਉੱਥੇ ਜਾ ਕੇ ਜਿਹੜੇ ਸਾਡਾ ਭਾਈਚਾਰਾ ਕਿਸਾਨ ਮਜ਼ਦੂਰ ਭਾਈਚਾਰਾ ਨੌਜਵਾਨ ਉੱਥੇ ਆਏ ਹੋਏ ਸੀ ਉਹਨਾਂ ਨੂੰ ਸੰਬੋਧਨ ਵੀ ਕੀਤਾ ਤੇ ਉਹਨਾਂ ਨੂੰ ਬਲਕਿ ਇਹ ਕਿਹਾ ਕਿ ਆਪਾਂ ਅਨੁਸ਼ਾਸਨ ਦੇ ਵਿੱਚ ਰਹਿਣਾ ਹੈ, ਕੋਈ ਬੈਰੀਗੇਟਿੰਗ ਨਹੀਂ ਤੋੜਨੀ, ਕੋਈ ਇੱਥੇ ਉਲੜਬਾਜ਼ੀ ਨਹੀਂ ਕਰਨੀ, ਜੋ ਸਾਨੂੰ ਸੰਯੁਕਤ ਮੋਰਚੇ ਨੇ ਕਿਹਾ ਸੀ ਉਹਦੇ ਅਕੋਰਡਿੰਗ ਹੀ ਅੱਜ ਦਾ ਪ੍ਰੋਗਰਾਮ ਕਰਾਂਗੇ। ਅਗਲੀ ਰਣਨੀਤੀ ਕੀ ਹੋਊਗੀ ਉਹ ਸੰਯੁਕਤ ਮੋਰਚਾ ਦੱਸੂਗਾ। ਸੰਬੋਧਨ ਕਰਕੇ ਉਹ ਤੋਂ ਬਾਅਦ 'ਚ ਗਵਰਨਰ ਸਾਹਿਬ ਦੇ ਕੁਝ ਉੱਥੋਂ ਉੱਚ ਅਧਿਕਾਰੀ ਆਏ, ਉਹਨਾਂ ਨੇ ਸਾਡੇ ਤੋਂ ਮੰਗ ਪੱਤਰ ਲਿਆ, ਮੈਂ ਜੋਗਿੰਦਰ ਯਾਦਵ ਜੀ ਦੋ ਤਿੰਨ ਬੰਦੇ ਹੋਰ ਸੀ ਉਹਨਾਂ ਨੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਤੇ ਉਸ ਤੋਂ ਬਾਅਦ 'ਚ ਚੜੂਨੀ ਸਾਹਿਬ ਜਿਹੜੇ ਉਹ ਵਾਪਸ ਉਹਨਾਂ ਨੇ ਘਰਾ ਕਰਨਾ ਸੀ, ਕੋਈ ਬਿਜਲੀ ਦਾ ਬਿੱਲਾਂ ਦਾ ਕੋਈ ਸੀਗਾ ਉਹਨਾਂ ਦਾ, ਹਰਿਆਣੇ ਦਾ ਮੁੱਦਾ, ਅਸੀਂ ਉਹਨਾਂ ਦੇ ਨਾਲ ਨਾਲ ਜਾਂਦੇ ਜਾਂਦੇ ਉਹ ਤੋਂ ਬਾਅਦ 'ਚ ਅਸੀਂ ਵਾਪਸ ਆਪਣੇ ਘਰੇ 91 ਸੈਕਟਰ ਆ ਗਏ। ਹੁਣ ਮੈਂ ਇਹ ਪੁੱਛਣਾ ਚਾਹੁੰਦਾ ਚੰਡੀਗੜ੍ਹ ਪ੍ਰਸ਼ਾਸਨ ਤੋਂ ਕਿ ਜਾਂ ਤਾਂ ਉਹਨਾਂ ਨੂੰ ਕੋਈ ਗਲਤ ਫਹਿਮੀ ਲੱਗੀ ਹੈ, ਨਹੀਂ ਤਾਂ ਬਿਲਕੁਲ ਇਹ ਜਿਹੜੀਆਂ 8 ਧਾਰਾਵਾਂ ਲਾਈਆਂ ਨੇ ਬਿਨਾਂ ਕਿਸੇ ਸਬੂਤ ਤੋਂ, ਬਿਨਾਂ ਕਿਸੇ, ਮੇਰੇ ਕੋਲ ਵੀਡੀਓ ਪਏ ਹੈ ਫੋਨ ਦੀਆਂ ਲੋਕੇਸ਼ਨਾਂ, ਕਿ ਜਦੋਂ ਮੈਂ ਚੰਡੀਗੜ੍ਹ ਦੇ ਵਿੱਚ ਵੜਿਆ ਹੀ ਨਹੀਂ ਹੈਗਾ ਤਾਂ ਫਿਰ ਮੇਰੇ 'ਤੇ ਇਹ ਇੱਕ ਆਮ ਬੰਦੇ 'ਤੇ, ਇੱਕ ਆਮ ਨਾਗਰਿਕ ਹੋਣ ਦੇ ਨਾਤੇ, ਕਿਸਾਨੀ ਸੰਘਰਸ਼ ਦੇ ਨਾਲ ਚੱਲਣ ਵਾਲਾ ਮੈਂ ਬੰਦਾ ਹੈ, ਜਦੋਂ ਤੱਕ ਚੱਲੂਗਾ, ਮੈਂ ਇਹ ਵੀ ਅੱਜ ਕੱਲ੍ਹ ਕੈਮਰੇ 'ਤੇ ਕਹਿ ਰਿਹਾ, ਮੈਂ ਪਹਿਲਾਂ ਵੀ ਕਹੀ ਹੈ, ਪਹਿਲੇ ਦਿਨ ਕਹਿ ਕੇ ਚੱਲੇ ਸੀਗੇ ਸੰਯੁਕਤ ਮੋਰਚੇ ਦੇ ਨਾਲ, ਹੋ ਸਕਦਾ ਸਾਡੇ ਬੜੇ ਭੇਦਭਾਵ ਹੋਣ, ਸਾਡੇ ਉਹ ਵੱਡੇ ਨੇ, ਸਾਡਾ ਟਾਈਮ ਟਾਈਮ 'ਤੇ ਉਹਨਾਂ ਕੋਲੇ ਸਵਾਲ ਜਵਾਬ ਕਰਨਾ ਫਰਜ਼ ਬਣਦਾ, ਪਰ ਕੋਈ ਵੀ ਸਾਡਾ ਇਹ ਨਹੀਂ ਹੋਊਗਾ ਕਿ ਵੱਖ ਧੜਾ ਜਾਂ ਮੈਂ ਕਿਸੇ ਹੋਰ ਪੜਾਅ 'ਚ ਚਲੇ ਗਿਆ। ਸੰਯੁਕਤ ਮੋਰਚੇ ਦੇ ਪਹਿਲੇ ਦਿਨ ਇਹ ਗੱਲ ਕਹੀ ਸੀ, ਨਾਲ ਅਖੀਰਲੇ ਦਮ ਤੱਕ ਜਦੋਂ ਤੱਕ ਸੰਘਰਸ਼ ਚੱਲੂਗਾ ਨਾਲ ਰਵਾਂਗੇ। ਤਾਂ ਫਿਰ ਐਜ਼ ਅ ਪ੍ਰੋਟੈਸਟਰ ਮੇਰੇ ਉੱਤੇ ਇਹ 8 ਧਾਰਾਵਾਂ ਚੰਡੀਗੜ੍ਹ ਪੁਲਿਸ ਨੇ ਜਿਹੜੀਆਂ ਲਾਈਆਂ ਨੇ, ਮੈਂ ਪੁੱਛਣਾ ਚਾਹੁੰਦਾ ਵੀ ਕੋਈ ਇੱਕ ਸਬੂਤ ਉਹ ਮੈਨੂੰ ਦੇ ਦੇਣ ਕਿ ਮੈਂ ਚੰਡੀਗੜ੍ਹ ਦੇ ਵਿੱਚ ਹਾਂ, ਕਿਉਂ ਲਾਈਆਂ ਨੇ? ਜਾਂ ਤਾਂ ਫਿਰ ਉਹਨਾਂ ਨੂੰ ਕੋਈ ਗਲਤ ਫਹਿਮੀ ਹੋਈ ਹੈ,
ਜਾਂ ਉਹ ਪੁਖਤਾ ਦੁਬਾਰੇ ਇਹਦੀ ਜਾਂਚ ਪੜਤਾਲ ਕਰਨ। ਮੈਂ ਚੰਡੀਗੜ੍ਹ ਦੇ ਵਿੱਚ ਹਾਜ਼ਰ ਨਹੀਂ ਸੀ, ਪ੍ਰਸ਼ਾਸਨ ਦਾ ਮੈਂ ਸਨਮਾਨ ਕਰਦਾ। ਹੋ ਸਕਦਾ ਪ੍ਰਸ਼ਾਸਨ ਦੀ ਵੀ ਕੋਈ ਮਜਬੂਰੀ ਹੋਵੇ, ਕਿਉਂਕਿ ਜਿਹੜੇ ਫੇਸ ਕਿਸਾਨੀ ਸੰਘਰਸ਼ ਦੇ ਵਿੱਚ ਚੱਲ ਰਹੇ ਹੈ, ਹੁਣ ਅੱਗੇ ਅੱਗੇ ਤੁਹਾਨੂੰ ਪਤਾ ਸਿਆਸੀ ਲੋਕਾਂ ਦਾ ਮਾਹੌਲ ਹੈ, ਇਲੈਕਸ਼ਨਾਂ ਆਉਣ ਵਾਲੀਆਂ ਨੇ, ਕਿਵੇਂ ਗੌਰਮੈਂਟ ਸੈਂਟਰ ਦੀ ਸਰਕਾਰ ਹੈ ਜਿਹੜੀ ਪ੍ਰੈਸ਼ਰਾਈਜ਼ ਕਰਕੇ ਪ੍ਰਸ਼ਾਸਨ ਦੇ ਥਰੂ ਇਹ ਕੰਮ ਕਰਵਾ ਰਹੀ ਹੈ। ਪ੍ਰਸ਼ਾਸਨ ਦਾ ਵੀ ਇਹਦੇ 'ਚ ਮੈਂ ਕੋਈ ਜ਼ਿਆਦਾ ਪੁਖਤਾ ਦੋਸ਼ ਨਹੀਂ ਕੱਢੂੰਗਾ, ਪਰ ਪ੍ਰਸ਼ਾਸਨ ਨੂੰ ਮੈਂ ਇੰਨੀ ਗੱਲ ਜ਼ਰੂਰ ਚੰਡੀਗੜ੍ਹ ਪ੍ਰਸ਼ਾਸਨ ਨੂੰ ਕਹੂੰਗਾ ਕਿ ਜਦੋਂ ਮੈਂ ਉੱਥੇ ਹੈ ਹੀ ਨਹੀਂ ਸੀਗਾ ਤਾਂ ਫਿਰ ਇਹ ਅੱਖ ਧਾਰਾਵਾਂ ਜਿਹੜੀਆਂ ਮੇਰੇ 'ਤੇ ਲੱਗੀਆਂ ਨੇ, ਇਹਦਾ ਕੋਈ ਮੈਨੂੰ ਪੁਖਤਾ ਉਹ ਜ਼ਿਆਦਾ ਸਬੂਤ ਦੇ ਦੇਣ, ਮੈਂ ਬਿਲਕੁਲ ਕੋਪਰੇਟ ਕਰਨ ਨੂੰ ਤਿਆਰ ਹਾਂ, ਜਾਂ ਮੈਨੂੰ ਜਵਾਬ ਦੇ ਦੇਣ ਕਿ ਕਿਸ ਬਿਹਾਫ 'ਤੇ ਇਹ FIR ਮੇਰੇ 'ਤੇ ਦਰਜ ਕੀਤੀ ਗਈ ਹੈ। ਜੇ ਮੇਰਾ ਪ੍ਰਸ਼ਾਸਨ ਕੋਲੇ ਕੋਈ ਸਬੂਤ ਹੈ ਕਿ ਮੈਂ ਚੰਡੀਗੜ੍ਹ ਦੇ ਵਿੱਚ ਦਾਖਲ ਸੀ ਜਾਂ ਮੈਂ ਕੋਈ ਭੰਨ ਤੋੜ ਕੀਤੀ ਹੈ, ਤਾਂ ਮੈਂ ਆਪ ਬਿਲਕੁਲ ਚੱਲ ਕੇ ਜਾਣ ਨੂੰ ਤਿਆਰ ਹਾਂ, ਮੈਂ ਆਪ ਆਪਣਾ ਗੁਨਾਹ ਕਬੂਲ ਕਰਨ ਨੂੰ ਤਿਆਰ ਹਾਂ। ਬਟ ਮੈਂ ਕੱਲ੍ਹ ਚੁੜੁੰਨੀ ਸਾਹਿਬ ਦੇ ਨਾਲ ਮੇਰੇ ਸੋਸ਼ਲ ਮੀਡੀਆ 'ਤੇ ਸਾਰੀਆਂ ਵੀਡੀਓਜ਼ ਪਈਆਂ ਨੇ, ਮੇਰੀਆਂ ਲੋਕੇਸ਼ਨਾਂ ਤੁਸੀਂ ਫੋਨ ਦੀਆਂ ਦੇਖ ਸਕਦੇ ਹੋ। ਵੱਡੀ ਗੱਲ ਇਹ ਹੈ ਕਿ ਮੀਡੀਆ ਉੱਥੇ ਸੀਗਾ, ਉਹਨਾਂ ਨੇ ਮੈਨੂੰ ਲਾਈਵ ਵੀ ਚਲਵਾਇਆ ਉੱਥੋਂ, ਇਹਦੇ 'ਚੋਂ ਕਈ ਚੈਨਲ ਜਿਹੜੇ ਜਿੰਨੇ ਤੁਸੀਂ ਭਰਾ ਆਏ ਹੋ ਉੱਥੇ ਮੌਜੂਦ ਸੀ, ਉਹਨਾਂ ਨਾਲ ਮੈਂ ਲਾਈਵ ਗੱਲਬਾਤ ਵੀ ਕੀਤੀ ਆ। ਇਹ ਸਿਰਫ ਸਾਡਾ ਮਨੋਬਲ ਤੋੜਨ ਦੇ ਲਈ ਕਿ ਇਹ ਆਪਣਾ ਡਰ ਕੇ ਕਿਸਾਨੀ ਸੰਘਰਸ਼ ਤੋਂ ਪਿੱਛੇ ਹਟ ਜਾਣਗੇ, ਕਿਉਂਕਿ ਪਰਚਿਆਂ ਦਾ ਡਰ, ਜਿਵੇਂ ਪਹਿਲਾਂ ਸੈਂਟਰ ਦੀ ਗੌਰਮੈਂਟ ਨੇ ਸਾਡੇ 'ਤੇ ਲਗਾਤਾਰ ਜਿਹੜੇ ਕਿਸਾਨੀ ਸੰਘਰਸ਼ ਚਾਹੇ ਅਸੀਂ ਗੀਤ ਗਾਉਂਦੇ ਸੀ ਸਾਡੇ 'ਤੇ ਉਵੇਂ ਸਾਨੂੰ ਡਰਾਇਆ ਗਿਆ, ਹੁਣ ਇਹ ਸ਼ਰਿਆਂ ਖੁੱਲ੍ਹਾ ਅਸੀਂ ਉੱਥੇ ਪਹੁੰਚੇ ਵੀ ਨਹੀਂ, ਉਵੇਂ ਵੀ ਪਰਚਿਆਂ ਦਾ ਡਰ ਉਹਨਾਂ ਨੂੰ ਹੋਊਗਾ ਕਿ ਪਰਚਿਆਂ ਤੋਂ ਡਰ ਕੇ ਇਹ ਆਪਦੇ ਘਰੇ ਬਹਿ ਜਾਣਗੇ। ਤਾਂ ਬਿਲਕੁਲ ਮੈਂ ਇਹ ਗੱਲ ਕਹਿ ਦੇਣੀ ਚਾਹੁੰਦਾ, ਜੇ ਇਹ ਪਰਚਿਆਂ ਤੋਂ ਡਰਾ ਕੇ ਸਾਨੂੰ ਘਰੇ ਬਿਠਾਉਣ ਦੀ ਸਿਰਫ ਇੱਕ ਸਿਆਸਤ ਹੈ ਜਾਂ ਇਹ ਰਾਜਨੀਤੀ ਹੈ, ਤਾਂ ਉਹਦੇ ਲਈ ਤਾਂ ਮੈਂ ਇਹ ਜਵਾਬ ਦੇਣਾ ਚਾਹੁੰਦਾ ਕਿ ਬਿਲਕੁਲ ਵੀ ਨਹੀਂ ਘਰੇ ਬੈਠਾਂਗੇ। ਜਦੋਂ ਤੱਕ ਇਹ ਤਿੰਨੇ ਕਾਲੇ ਕਾਨੂੰਨ ਨੇ ਜਿਹੜੇ ਰੱਦ ਨਹੀਂ ਹੁੰਦੇ, ਉਦੋਂ ਤੱਕ ਅਸੀਂ ਕਿਸਾਨ ਮੋਰਚੇ ਦੇ ਨਾਲ ਖੜੇ ਹਾਂ, ਕਿਸਾਨ ਭਾਈਚਾਰੇ ਦੇ ਨਾਲ, ਮਜ਼ਦੂਰ ਭਾਈਚਾਰੇ ਦੇ ਨਾਲ ਇੱਕ ਠੋਕ ਕੇ ਖੜੇ ਹਾਂ ਅਤੇ ਖੜੇ ਰਹਾਂਗੇ ਅਖੀਰਲੇ ਦਮ ਤੱਕ। ਕੋਈ ਸਾਡੇ ਦਿਲ 'ਚ ਜਦੋਂ ਕੋਈ ਅਸੀਂ ਗੁਨਾਹ ਕੀਤਾ ਨਹੀਂ ਤਾਂ ਸਾਡੇ ਦਿਲ 'ਚ ਡਰ ਕਾਹਦਾ, ਕੋਈ ਗੱਲ ਨਹੀਂ। ਇਹਦੀ ਵੀ ਅਸੀਂ ਆਪਣੇ, ਮੈਂ ਆਪਣੇ ਲੀਗਲ ਵਕੀਲਾਂ ਦੀ ਜਿਹੜੀ ਮੇਰੀ ਟੀਮ ਹੈ ਉਹਨਾਂ ਨਾਲ ਮੈਂ ਗੱਲਬਾਤ ਕਰ ਰਿਹਾ, ਕਿਉਂਕਿ ਥੋੜ੍ਹਾ ਟਾਈਮ ਪਹਿਲਾਂ ਮੈਨੂੰ ਮੀਡੀਆ ਤੋਂ ਹੀ ਪਤਾ ਲੱਗਿਆ, ਘੰਟਾ ਡੇਢ ਘੰਟੇ ਪਹਿਲਾਂ, ਕਿ ਇਹ ਪਰਚਾ ਮੇਰੇ 'ਤੇ ਪੈ ਚੁੱਕਿਆ। ਮੈਂ ਤਾਂ ਗੁਰੂ ਘਰ ਮੱਥਾ ਟੇਕਣ ਗਿਆ ਹੋਇਆ ਸੀਗਾ, ਐਤਵਾਰ ਦਾ ਦਿਨ ਹੈ। ਪਰ ਕੋਈ ਗੱਲ ਨਹੀਂ, ਸੰਯੁਕਤ ਕਿਸਾਨ ਮੋਰਚੇ ਨਾਲ ਅਗਲੀ ਗੱਲਬਾਤ ਵੀ ਕਰਾਂਗੇ ਕਿ ਇਹਦੇ 'ਤੇ ਕੀ ਕਾਰਵਾਈ ਕਰਨੀ ਹੈ, ਅਤੇ ਆਪਣਾ ਜਿਹੜਾ ਮੇਰੀ ਲੀਗਲ ਟੀਮ ਹੈ ਜਿਹੜੇ ਮੇਰੇ ਵਕੀਲ ਸਾਹਿਬਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਕੇ ਇਸ ਨੋਟਿਸ 'ਤੇ ਅਸੀਂ ਅਗਲੀ ਕਾਰਵਾਈ ਬਹੁਤ ਜਲਦੀ ਕਰਾਂਗੇ। ਅਨੁਸ਼ਾਸਨ 'ਚ ਰਹਿ ਕੇ ਪ੍ਰੋਗਰਾਮ ਕੀਤਾ, ਪ੍ਰਸ਼ਾਸਨ ਦਾ ਵੀ ਪੂਰਾ ਸਹਿਯੋਗ ਰਿਹਾ, ਸਭ ਕੁਛ ਪੂਰੇ ਵਧੀਆ ਤਰੀਕੇ ਨਾਲ ਚੱਲ ਰਿਹਾ ਸੀ। ਉਦੋਂ ਬਾਅਦ 'ਚ ਸੰਯੁਕਤ ਮੋਰਚੇ ਦੀ ਕਾਲ ਸੀ ਕਿ 26 ਤਰੀਕ ਨੂੰ ਆਪਣੇ ਆਪਣੇ ਸੂਬਿਆਂ ਦੇ ਗਵਰਨਰਾਂ ਨੂੰ ਅਸੀਂ ਮੰਗ ਪੱਤਰ ਦੇਣੇ ਨੇ ਕਿਸਾਨਾਂ ਨੇ, ਕਿ ਸਾਡੀ ਜਿਹੜੀ ਮੰਗ ਹੈ ਤੁਸੀਂ ਸੈਂਟਰ